केंद्र सरकार के खेतीबाड़ी कानूनों के खिलाफ किसान 26 जनवरी गणतंत्र दिवस मौके वड्डे पद्धर से ट्रैक्टर रैली करेंगे। इसलिए लोगों को जागरूक करने लिए नाभा के वख-वख 9 पिंडों तों तकरीबन 350 ट्रैक्टर रैली कढ़ी गई। इस मौके किसानों ने गलबात के दौरान दसा कि लोगों ने जागरूक करने लिए अज नाभा के वख-वख 9 पिंडों तों तकरीबन 350 ट्रैक्टरों के नाल रैली कढ़ी गई है। किसानों ने कहा कि मोदी सरकार यह ना समझे कि दिल्ली में बैठे किसान ही जागरूक हैं। उन्होंने कहा कि जो किसानों के धक्के सिर खेतीबाड़ी कानून मारने वाले देश के प्रधानमंत्री नरेंद्र मोदी ने अखा खोलिया जा सकन और खेतीबाड़ी कानूनों रद्द करवाया जा सके। इन्ह गलों का आगुओं ने कहा कि केंद्र सरकार कारपोरेट घराने फायदा पहुँचाने किसान मारन से उतारू हुई पई है और किसान अंदोलन के दौरान वड्डी गिनती में किसान अपनी जाना गुआ चुके हैं। देखो जी जिहड़ी अज साडी रैली आ असी अज सवेरे तकरीबन 11 बजे घनुड़की फोकल पॉइंट तो 300 ट्रैक्टर लेके पिंडां दे विच वख-वख पिंडां दे विच होंदे होए जिहड़ी ट्रैक्टर जागरूक रैली कढ 26 जनवरी की परेड आ उहदी रैसल परेड सी साडी इक। इहदे नाल नाल असी अज इक तां सारे जिहड़े साडे नौजवान वीर ने किसान भरा ने उन्हां नूं जाबते दे विच रहिण दी इक ट्रेनिंग दी तरह ला लो आपां भी ट्रेनिंग दित्ती आ ते नाल उन्हां नूं दस्सिया भी आपां जाबते दे विच रहि के इक डिसिपलिन दे विच रहि के इदां ट्रैक्टरां नाल मार्च करना दिल्ली दे विच भी। एक तां साडी इह रिहर्सल होगी, दूजा साडा वल्लों 23 तरीक नूं इक सद्दा दित्ता गया सारिआं नूं कि भाई असीं दिल्ली नूं खनौरी बार्डर तों होंदे होए 23 जनवरी नूं दिल्ली वल कूच करना, घट्टो घट 1.5 लाख ट्रैक्टर जाणा जिहड़ा इस साडे ਜ਼ਿਲ੍ਹਿਆਂ ਵਿੱਚੋਂ ਜਾਣਾ। 1.5 ਲੱਖ ਟਰੈਕਟਰ ਲੈ ਕੇ ਜਿਹੜੀ ਦਿੱਲੀ ਦੀ 26 ਜਨਵਰੀ ਦੀ ਪਰੇਡ ਆ ਭਾਰਤੀ ਕਿਸਾਨ ਯੂਨੀਅਨ ਇਹ ਤਾਂ ਉਗਰਾਹਾਂ ਦੇ ਝੰਡੇ ਹੇਠ ਅਸੀਂ ਪਰੇਡ ਕਰਨੀ ਆ, ਉਹ ਪਰੇਡ ਦੀ ਤਿਆਰੀ ਸੀ, ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੋਦੀ ਜਿਹੜੇ ਕਾਲੇ ਕਾਨੂੰਨ ਨੇ ਉਹਨਾਂ ਬਾਰੇ ਲੋਕਾਂ ਨੂੰ ਜਿਹੜੇ ਨਹੀਂ ਪਤਾ ਸੀ ਦੱਸਿਆ ਗਿਆ। ਜਿਹੜੀ ਇਹ ਸਾਡੀ ਰੈਲੀ ਆ ਇਹ ਮੋਦੀ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਤੂੰ ਇਹ ਨਾ ਸੋਚ ਜਿਹੜੇ ਟਿੱਕਰੀ ਬਾਰਡਰ ਜਾਂ ਸਿੰਘੂ ਬਾਰਡਰ 'ਤੇ ਬੈਠੇ ਕਿਸਾਨ ਆ ਵੀ ਉਹ ਉਹਨੇ ਕੀ ਜਾਗਰੂਕ ਨੇ। ਅੱਜ ਸਾਡੀ ਗਲੀ ਗਲੀ ਘਰ ਘਰ ਮਹੱਲੇ ਮਹੱਲੇ ਦੇ ਵਿੱਚ ਰੋਸ ਰੈਲੀਆਂ ਹੋ ਰਹੀਆਂ ਨੇ, ਰੋਸ ਮੁਜ਼ਾਹਰੇ ਹੋ ਰਹੇ ਨੇ। ਜਿੱਦਾਂ ਅਸੀਂ ਕੱਲ੍ਹ ਜਿਹੜਾ ਵਿਸ਼ਵ ਵਪਾਰ ਮੰਡਲ ਸੀ ਉਹਦਾ ਅਸੀਂ ਪੁਤਲੇ ਫੂਕਿਆ ਹਰ ਪਿੰਡ ਪਿੰਡ ਦੇ ਵਿੱਚ, ਅੱਜ ਅਸੀਂ ਰੈਲੀਆਂ ਕਰ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। 26 ਜਨਵਰੀ ਨੂੰ ਵੱਡਾ ਇਕੱਠ ਲੈ ਕੇ ਵੱਡੀ ਟਰੈਕਟਰ ਰੈਲੀ ਲੈ ਕੇ ਅਸੀਂ ਜਾ ਰਹੇ ਹਾਂ ਦਿੱਲੀ ਦੇ ਵਿੱਚ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਦੇ ਵਾਸਤੇ। ਮੋਦੀ ਸਰਕਾਰ ਨੇ ਇੱਕ ਤਾਨਾਸ਼ਾਹ ਰਵੱਈਆ ਅਪਣਾ ਰੱਖਿਆ, ਉਹ ਇਹ ਸੋਚ ਰਹੀ ਆ ਵੀ ਪਤਾ ਨਹੀਂ ਮੈਂ ਇੱਦਾਂ ਹੀ ਇਹਨਾਂ ਨੂੰ ਗੱਲਾਂ 'ਚ ਲਾ ਕੇ ਇਹਨਾਂ ਦੇ ਕਾਨੂੰਨ ਲਾਗੂ ਕਰ ਦੂੰ ਜਾਂ ਇਹਨਾਂ 'ਚ ਸੋਧ ਕਰ ਦੂੰਗੀ। ਨਾ ਸਾਨੂੰ ਸੋਧਾਂ ਮਨਜ਼ੂਰ ਨੇ, ਅਸੀਂ ਸਿਰਫ ਕਾਨੂੰਨ ਰੱਦ ਕਰਵਾ ਕੇ ਮੁੜਨੇ ਨੇ। ਮੋਦੀ ਦੀ ਇੱਛਾ ਹੈ ਸਾਨੂੰ ਉਹਦੇ ਲਈ ਕੁਛ ਵੀ ਕਰਨਾ ਪੈ ਜੇ, ਆਪਣੀਆਂ ਜਾਨਾਂ ਵੀ ਕੁਰਬਾਨ ਕਰਾਂਗੇ। ਪਹਿਲਾਂ ਵੀ ਸਾਡਾ 130 ਦੇ ਨੇੜੇ ਕਿਸਾਨ ਭਰਾ ਸ਼ਹੀਦ ਹੋ ਚੁੱਕੇ ਨੇ, ਜਿਹਦੇ ਵਿੱਚ ਸਾਡੇ ਨਾਭਾ ਬਲਾਕ ਦੇ ਵੀ ਸਾਡੇ ਬਹੁਤ ਹੀ ਹਰਮ ਵਧੀਆ ਨੇਤਾ ਸਿਰ ਕਾਢੋ ਆਗੂ ਬਜ਼ੁਰਗ ਨੇਤਾ ਸਰਦਾਰ ਧੰਨਾ ਸਿੰਘ ਜੀ ਪਿੰਡ ਤੁੰਗਾ ਤੋਂ ਸ਼ਹੀਦੀ ਪਾ ਚੁੱਕੇ ਨੇ, ਉਹਨਾਂ ਦਾ ਵੀ ਅੱਜ ਪੋਸਟਮਾਰਟਮ ਹੋ ਰਿਹਾ। ਅਸੀਂ ਉਹਨਾਂ ਦੇ ਵੀ ਸਰਕਾਰ ਤੋਂ ਮੰਗ ਕਰਾਂਗੇ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਨੌਕਰੀ ਸਰਕਾਰੀ ਅਤੇ ਨਾਲ ਜਿਹੜਾ ਮੁਆਵਜ਼ਾ 10 ਲੱਖ ਘੱਟੋ ਘੱਟ ਮੁਆਵਜ਼ਾ, ਬਾਕੀ ਜਿੱਦਾਂ ਸਾਡੇ ਵੱਡੇ ਸੀਨੀਅਰ ਆਗੂ ਕਹਿਣਗੇ ਉਹ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਹਾਂ। ਅੱਜ ਸਾਡਾ ਜੀ ਤਕਰੀਬਨ 350 ਦੇ ਪਲੱਸ ਟਰੈਕਟਰ ਆ, ਜਿਹੜਾ ਸਾਡਾ ਵੱਖ ਵੱਖ ਸਿਰਫ 9 ਪਿੰਡਾਂ ਦੇ ਟਰੈਕਟਰ ਸੀ, 9 ਪਿੰਡਾਂ ਦੇ ਵਿੱਚੋਂ 350 ਟਰੈਕਟਰ ਹੋ ਕੇ ਚੱਲਿਆ। ਇਹ ਮੰਨ ਕੇ ਚੱਲੋ ਵੀ ਜਿਹੜੇ ਕਿ ਪਰਿਵਾਰ ਨੂੰ ਕੋਈ ਵੱਡੀ ਮਜਬੂਰੀ ਸੀ ਜਾਂ ਕੋਈ ਪਰਿਵਾਰ ਦੇ ਵਿੱਚ ਟਰੈਕਟਰ ਚਲਾਉਣ ਵਾਲਾ ਨਹੀਂ ਸੀ ਉਹ ਟਰੈਕਟਰ ਘਰੇ ਖੜਾ, ਬਾਕੀ ਸਭ ਪਿੰਡਾਂ ਦੇ ਵਿੱਚੋਂ ਅਸੀਂ ਟਰੈਕਟਰ ਲੈ ਕੇ ਇਸ ਮਾਰਚ ਦੇ ਵਿੱਚ ਹਿੱਸਾ ਬਣਿਆ। ਵੱਡਾ ਸਹਿਯੋਗ ਆ ਲੋਕਾਂ ਦਾ, ਮਾਈਆਂ ਵੀ ਸਾਡੇ ਨਾਲ ਸੀ, ਬੜਾ ਵੱਡਾ ਸਹਿਯੋਗ ਆ। ਲੋਕਾਂ ਨੂੰ ਪਤਾ ਅੱਜ ਵੀ ਸਾਡਾ ਆਉਣ ਵਾਲਾ ਭਵਿੱਖ ਖਤਰੇ 'ਚ ਆ, ਸਾਡੇ ਬੱਚਿਆਂ ਦਾ ਭਵਿੱਖ ਖਤਰੇ 'ਚ ਆ, ਉਹਦੇ ਤੋਂ ਜਾਗਰੂਕ ਹੋਣ ਲਈ ਇਹੀ ਸਾਡਾ ਮਕਸਦ ਮੇਨ ਸੀ ਲੋਕਾਂ ਨੂੰ ਜਾਗਰੂਕ ਕਰਨ ਦਾ। ਅਤੇ ਲੋਕ ਹੁਣ ਇੱਕ ਲੋਕ ਲਹਿਰ ਬਣ ਚੁੱਕੀ ਆ ਜਿਹੜਾ ਕਿ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾਉਣ ਲਈ ਤਿਆਰ ਹੈ। ਹਾਂਜੀ ਬਾਈ ਜੀ, ਅਸੀਂ ਮੋਦੀ ਸਰਕਾਰ ਦੇ ਵਿਰੁੱਧ ਇਹ ਟਰੈਕਟਰ ਮਾਰਚ ਕੱਢਿਆ ਜੋ ਕਿ 26 ਦੀ ਆਪਾਂ ਇੱਕ ਰਿਹਰਸਲ ਕਹਿ ਸਕਦੇ ਹਾਂ, ਠੀਕ ਹੈ। ਅਤੇ ਉਹਦੇ ਰਿਲੇਟਡ ਅੱਜ ਅਸੀਂ 350 ADN ਟਰੈਕਟਰ ਹੋਣਾ ਅਤੇ ਅਸੀਂ ਮਾਰਚ ਕੱਢਿਆ ਗਿਆ। ਸੋ ਅਸੀਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦੇ ਹਾਂ ਸਾਰੇ ਪੰਜਾਬ ਨੂੰ, ਸਾਰੇ ਹਰਿਆਣੇ ਨੂੰ, ਸਾਰੇ ਹਿੰਦੁਸਤਾਨ ਨੂੰ ਕਿ 26 ਦੇ ਵਿੱਚ ਕੋਈ ਵੀ ਬੰਦਾ, ਸਿਰਫ ਉਹੀ ਇੱਕ ਬੰਦਾ ਜਾਂ 2 ਬੰਦੇ ਰਹਿਣ ਘਰੇ, ਸਿਰਫ ਘਰ ਸਾਂਭਣ ਵਾਸਤੇ ਬੱਚਾ ਝੋਕ ਦਿਓ। ਮੋਦੀ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਨਾਂ ਦੇ ਖਿਲਾਫ ਜਿੰਦ ਜਾਨ ਲਾ ਕੇ ਲੜੋ, ਇਹੀ ਕਹਿਣਾ ਚਾਹੁੰਦੇ। ਅੱਜ ਬਾਈ ਜੀ ਤਕਰੀਬਨ 300 ਤੋਂ 400 ਦੇ ਵਿੱਚ ਐਡੀ ਆ ਜਾ, 325 350 ਇੱਥੇ ਤੱਕ ਹੋ ਸਕਦਾ ਆਪਣਾ ਜੀ। ਅੱਜ 8 ਤੋਂ 8 9 10 ਪਿੰਡਾਂ ਤੱਕ ਇੱਥੇ ਤੱਕ ਦਾ ਸੀਗਾ ਜੀ।
ਮੋਦੀ ਸਰਕਾਰ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਕਿ ਇਹ ਜਿਹੜੇ 3 ਕਾਲੇ ਕਾਨੂੰਨ ਬਣਾਏ ਨੇ ਇਹਨਾਂ ਨੂੰ ਜਲਦ ਤੋਂ ਜਲਦ ਰਿਪੀਲ ਕਰੇ। ਠੀਕ ਹੈ, ਨਹੀਂ ਜਿਹੜੀ ਹੁਣ ਉੱਥੇ ਗਿਣਤੀ ਆ ਤੁਸੀਂ ਲਾ ਲਓ ਵੀ ਰੋਜ਼ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਠੀਕ ਹੈ, 26 ਤੱਕ ਹੋਰ ਵੱਧ ਜਾਣਾ, ਈਵਨ ਕਿ 26 ਤੋਂ ਬਾਅਦ ਵੀ ਚਾਹੇ ਗਰਮੀ ਆ ਜਾਣ, ਅਸੀਂ ਦੀਵਾਲੀ ਤੱਕ ਲੰਬਾ ਸੰਘਰਸ਼ ਕਰਨ ਨੂੰ ਤਿਆਰ ਹਾਂ, ਉਦੋਂ ਵੀ ਲੰਬਾ ਸਾਲ 2 ਸਾਲ ਤੱਕ ਅਸੀਂ ਸੰਘਰਸ਼ ਕਰਨ ਨੂੰ ਤਿਆਰ ਹਾਂ। ਇਹ ਨਾ ਸੋਚਿਆ ਜਾਵੇ ਵੀ ਇਹਨੂੰ ਗਾਹਾਂ ਗਰਮੀ ਦਾ ਡਰਾ ਕੇ ਜਾਂ ਵੀ ਗਰਮੀ ਆ ਗਾਹਾਂ ਉੱਥੇ ਪੰਨੀ ਕਿਸਾਨ ਟਿਕਣਗੇ, ਪਤਾ ਨਹੀਂ। ਨਹੀਂ ਜੇ ਅਸੀਂ ਉੱਥੇ ਰਾਤਾਂ ਕੱਟਾਂਗੇ, ਸਿਆਲ 'ਚ ਰਾਤਾਂ ਕੱਟ ਸਕਦੇ ਹਾਂ, ਅਸੀਂ ਗਰਮੀ ਦੇ ਦੁਪਹਿਰੇ ਵੀ ਕੱਟਾਂਗੇ ਉੱਥੇ। ਆਵਾਜ਼ੀ ਕੌਮ ਟੀਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।